ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ। ਅੱਜ ਅਸੀਂ ਕਰ ਰਹੇ ਹਾਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਤਜਵੀਜ਼ ਜਿਹੜੀ ਹੈ ਇੱਥੋਂ ਰੱਖੀ ਗਈ ਸੀਗੀ, ਉਸ ਤੋਂ ਬਾਅਦ ਹੁਣ ਇੱਕ ਗ੍ਰੀਨ ਸਿਗਨਲ ਦੂਜੇ ਮੁਲਕ ਯਾਨੀ ਕਿ ਪਾਕਿਸਤਾਨ ਤੋਂ ਆਇਆ ਅਤੇ ਹੁਣ ਇੱਕ ਆਪਸੀ ਭਾਈਚਾਰੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਮੈਨੂੰ ਲੱਗਦਾ ਹੈ, ਜਸ ਬ੍ਰੋਡਕਾਸਟਿੰਗ ਦੀ ਟੀਮ ਨੂੰ ਲੱਗਦਾ, ਜਦ ਅਸੀਂ ਇੱਕ ਮਹੀਨਾ ਪਹਿਲਾਂ ਮੁੱਦਾ ਚੁੱਕਿਆ ਸੀਗਾ ਕਿ ਇਟ ਕੈਨ ਗਿਵ ਅ ਪੋਜ਼ਿਟਿਵ ਵਾਈਬਸ ਟੂ ਦੀ ਸਿੱਖ ਕਮਿਊਨਿਟੀ ਐਂਡ ਔਨ ਟੋਪ ਆਫ ਦੈਟ ਟੂ ਦੀ ਸਿੱਖ ਡਾਇਸਪੋਰਾ, ਔਰ ਕਿੱਥੇ ਨਾ ਕਿੱਥੇ ਇਹ ਗੱਲ ਜ਼ਰੂਰ ਹੁਣ ਦੋਵੇਂ ਮੁਲਕਾਂ ਦੇ ਜਿਹੜੇ ਡਿਪਲੋਮੈਟਸ ਹਨ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਸਿੱਖਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ, ਔਰ ਮੌਕਾ ਹੈ 550ਵੇਂ ਪ੍ਰਕਾਸ਼ ਪੁਰਬ ਦਾ ਅਤੇ ਹੁਣ ਗ੍ਰੀਨ ਸਿਗਨਲ ਅਗਰ ਉੱਥੋਂ ਮਿਲਿਆ ਤਾਂ ਇੱਥੋਂ ਵੀ ਕੁਛ ਨਾ ਕੁਛ ਇੰਡੀਆ ਦੀ ਤਰਫੋਂ ਵੀ ਜਾਣਾ ਚਾਹੀਦਾ, ਕਿਉਂਕਿ ਹਜੇ ਤੱਕ ਕੋਈ ਵੀ ਪ੍ਰਤੀਕਰਮ ਜਿਹੜਾ ਉਹ ਨਹੀਂ ਆਇਆ, ਲੇਕਿਨ ਸੋਚ ਰਹੀ ਹੈ ਸਰਕਾਰਾਂ, ਔਰ ਸੋਚਦੇ ਸੋਚਦੇ ਕਿਤੇ ਨਾ ਕਿਤੇ ਉਹ ਜਿਹੜਾ ਮੌਕਾ ਉਹ ਵੀ ਹੁਣ ਅੱਗੇ ਜਾਣਾ ਚਾਹੀਦਾ। ਮੇਰੇ ਨਾਲ ਮੱਖਣ ਸਿੰਘ ਜੀ ਜੁੜੇ ਹੋਏ ਸੀਗੇ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਲੈ ਲਈਏ ਔਰ ਜਾਣਨ ਦੀ ਕੋਸ਼ਿਸ਼ ਕਰ ਲਈਏ ਕਿ ਉਹ ਕੀ ਕੁਛ ਸਾਨੂੰ ਕਹਿਣਾ ਚਾਹੁੰਦੇ ਹਨ। ਮੱਖਣ ਸਿੰਘ ਜੀ ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਪਿਆਰ ਭਗਤ ਸਿੰਘ, ਦੇਖੋ ਜੀ ਮੈਂ ਇਹ ਕਹਿਣਾ ਕਿ ਜਿਹੜੇ ਆਪਣੇ ਬਾਬਾ ਨਾਨਕ ਸੀ ਇਹ ਸਾਂਝੀ ਬਾਲਤਾ ਦੇ ਸਾਰਿਆਂ ਦੇ ਗੁਰੂ ਸੀ, ਇਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸਾਂਝੀ ਬਾਲਤਾ ਦੇ ਗੁਰੂ ਸੀ। ਜੀ 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 ਮੈਂ ਤੁਹਾਡਾ ਟਾਈਮ ਜ਼ਿਆਦਾ ਲੈਣਾ, ਦੇਖੋ ਕਹਿੰਦੇ ਵੀ ਜਾਣੇ ਮੰਦਿਰ ਮਸੀਤ ਨੂੰ ਇਹ ਇੱਕੋ, ਇਹਦੇ ਲਈ ਹਿੰਦੂ ਮੁਸਲਮਾਨ ਇੱਕੋ, ਜੀ ਕਰੇ ਆਰਤੀ ਪੜ੍ਹੇ ਨਵਾਜ ਵੀ ਇਹਦੀ ਨਿਗਾਹ ਵਿੱਚ ਬੇਦ ਕਰਾਨ ਇੱਕੋ। ਜੀ 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 ਇਹ ਹੈ ਫੈਸਲੇ ਅਮਲਾਂ ਦੇ ਕਰਨ ਵਾਲਾ, ਇਹਦੇ ਘਰ ਫਕੀਰ ਸੁਲਤਾਨ ਇੱਕੋ, ਇਹਨੂੰ ਇੱਕ ਓਂਕਾਰ ਦੇ ਘੇਰੇ ਅੰਦਰ ਨਜ਼ਰ ਆਉਂਦਾ ਸਾਰਾ ਜਹਾਨ ਇੱਕੋ। ਜੀ ਬਾਬਾ ਨਾਨਕ ਕਿਤੇ ਨੀ ਗਏ, ਬਾਬਾ ਨਾਨਕ ਉਹ ਆਪ ਕਹਿ ਗਏ ਕਿ ਅਸੀਂ ਹਾਜ਼ਰ ਨਾਜ਼ਰ ਹਾਂ, ਪਰ ਉਹ ਡਿਊਟੀ ਜਿੱਦਾਂ ਹੁਣ ਸਿੱਧੂ ਸਾਹਿਬ ਦੀ ਲਾਈ ਆ, ਉਹ ਵੀ ਕੋਈ ਜਿੱਦਾਂ ਕਹਿੰਦੇ ਹੁੰਦੇ ਉਹਨਾਂ ਡਿਊਟੀ ਲਾਈ ਕੋਈ ਸਿੱਧੂ ਨਿਭਾ ਰਿਹਾ ਹੁਣ। ਉੱਥੇ ਮੈਂ ਚਾਰ ਲਾਈਨਾਂ ਇਹ ਕਹਿਣੀਆਂ ਚਾਹੁੰਦਾ ਕਿ ਫੁੱਲ ਜਾਣ ਕੇ ਲਾਡ ਪਿਆਰ ਵਾਲੇ, ਜੀ ਪੱਥਰ ਦਿਲਾਂ ਕੋਲੋਂ ਵੱਟੇ ਖਾਏਗਾ, ਇਹ ਬਾਬੇ ਨਾਨਕ ਦੇ ਆ, ਪਰ ਹਾਂ ਉਹਨਾਂ ਜਿਹੜਾ ਸਿੱਧੂ ਜੀ ਨੂੰ ਉੱਥੇ ਦੇਖੋ, ਜੇ ਇਹ ਰਾਹ ਬੰਦ ਹੋ ਜਾਣ ਸਾਂਝੀ ਬਾਲਤਾ ਦੇ ਗੁਰੂ ਦੇ ਤਾਂ ਫਿਰ ਦੁਨੀਆਂ ਦੇ ਰਾਹ ਬੰਦ ਆ, ਜੀ ਜੀ ਸਿੱਧੇ ਰਾਹ ਨੂੰ ਸੰਸਾਰ ਨੂੰ ਪਾਏਗਾ ਏ, ਪਰ ਆਪ ਕਰਾਈਆ ਖਵਾਏਗਾ ਏ। ਜੀ ਉਧਰ ਬਾਬੇ ਨਾਨਕ ਦੀ ਗੱਲ ਆ ਗਈ, ਉਧਰ ਸਿੱਧੂ ਦੀ ਗੱਲ ਆ ਗਈ, ਕਹਿੰਦਾ ਸ਼ਮ ਸ਼ਮ ਬਸੇਗਾ ਦੁਖੀ ਦੀ ਰਾਹ ਆ ਉੱਤੇ, ਉੱਜੜ ਗਿਆਨ ਨੂੰ ਇਉਂ ਬਸਾਏਗਾ ਏ, ਉਹ ਜਿੱਥੇ ਬਲੇਗੀ ਲਾਟ ਪਿਆਰ ਵਾਲੀ ਉੱਥੇ ਬਾਂਗ ਪਰਵਾਨਿਆ ਜਾਏਗਾ ਏ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ ਬਹੁਤ ਵਧੀਆ। ਦੇਖੋ ਉਹਨਾਂ ਬਣਾ ਦੇ ਭਾਗ ਨੇ ਜਾਗ ਪੈਣੇ ਸ਼ਾਮੇ, ਜਿਹਨਾਂ ਦੀ ਅੱਗ ਵੀ ਲਾਏਗਾ ਏ, ਕੋਈ ਉਹਦੀ ਧੂੜ ਸੰਸਾਰ ਲਈ ਬਣੂ ਸੁਰਮਾ, ਜਿਹੜੀ ਜੂ ਅੰਦਰ ਚਰਨ ਪਾਏਗਾ ਏ, ਜਿਹੜੀ ਜੂ ਅੰਦਰ ਚਰਨ ਪਾਏਗਾ ਏ। ਦੇਖੋ ਡਿਊਟੀ ਲਾਤੀ ਆ, ਇਹ ਕਵਿਤਾ ਲੰਮੀ, ਮੈਂ ਸਿਰਫ ਇੰਨੀਆਂ ਲਾਈਨਾਂ ਕੇ ਕੁੱਲ ਹੋਰ ਵੀ ਬਹੁਤ ਆ ਕਿ ਇਹ ਰਾਹ ਬਿਲਕੁਲ ਖੁੱਲਣਾ ਚਾਹੀਦਾ, ਜੱਫੀਆਂ ਪੈਣੀਆਂ ਚਾਹੀਦੀਆਂ ਸਾਡੀਆਂ। ਫੇਰ ਬਹੁਤ 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 ਧੰਨਵਾਦ ਮੱਖਣ ਜੀ, ਤੁਸੀਂ ਆਪਣੀ ਗੱਲ ਰੱਖੀ ਸਾਡੇ ਨਾਲ, ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦਾ ਵੀ ਵਿਚਾਰ ਸਮਝ ਲਈਏ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਬਲਵੀਰ ਸਿੰਘ ਜੀ ਬੋਲ ਰਿਹਾ ਇੰਗਲੈਂਡ ਤੋਂ। ਜੀ ਬਲਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ? ਤੁਹਾਡਾ ਸਵਾਲ ਸੀ ਬਈ ਪਾਕਿਸਤਾਨ ਨੇ ਹਾਂ ਕੀਤੀ ਆ ਤੇ ਉਹਦਾ ਰਿਐਕਸ਼ਨ ਇੰਡੀਆ ਤੋਂ ਕੀ ਹੋ ਰਿਹਾ? ਜੀ ਜੀ ਉਹ ਰਿਐਕਸ਼ਨ ਬੜਾ ਠੰਡਾ ਹੋਵੇਗਾ ਜੀ। ਜੀ ਤੁਸੀਂ ਜਿਸ ਵੇਲੇ ਸਿੱਧੂ ਸਾਹਿਬ ਆਇਆ ਪਹਿਲਾਂ ਤਾਂ ਕੈਪਟਨ ਸਾਹਿਬ ਨੇ ਉਹਨੂੰ ਨਿੰਦਿਆ ਜੀ, ਤੇ ਸਾਡੇ ਸਿਰਸਾ ਸਾਹਿਬ ਦਿੱਲੀ ਵਾਲੇ ਨੇ ਉਹਨਾਂ ਨੂੰ ਨਿੰਦਿਆ ਜੀ, ਇਹ ਸਾਡੇ ਬੰਦੇ ਪਹਿਲਾਂ ਨਿੰਦਣ ਲੱਗ ਪਏ ਤੇ ਦੂਸਰੇ ਸੈਂਟਰਲ ਗੌਰਮੈਂਟ ਸਾਡੀ ਕਦੋਂ? ਉਹ ਤਾਂ ਕਦੇ ਨੀ ਚਾਹੁੰਦੀ ਵੀ ਪੰਜਾਬ ਤੇ ਪਾਕਿਸਤਾਨ ਵਾਲੇ ਹੱਸ ਕੇ ਬੋਲਣ ਜਾਂ ਮਿਲਣ ਜੀ। ਸੋ ਮੇਰਾ ਖਿਆਲ ਆ ਇਹ ਬਹੁਤ ਠੰਡਾ ਰਿਐਕਸ਼ਨ ਆਏਗਾ ਔਰ ਇਹਨੂੰ ਪੁੱਟ ਆਫ ਕੀਤਾ ਜਾਏਗਾ, ਇਹ ਮੇਰਾ ਵਿਚਾਰ ਆ ਜੀ। ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦਾ ਵੀ ਵਿਚਾਰ ਸਮਝ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲਕਸ਼ਮਣ ਬੋਲਦਾ ਹਰਤੇਜ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਭਾਜੀ ਕਹਿਣਾ ਚਾਹੁੰਦਾ ਵੀ ਮੈਂ ਲੱਖ ਲੱਖ ਵਧਾਈਆਂ ਦਿੰਦਾ ਇਮਰਾਨ ਖਾਨ ਨੂੰ ਜੀ ਜੀ, ਇੰਨੇ ਮੁਸਲਮਾਨ ਮਿਨਿਸਟਰ ਆਏ, ਕਦੀ ਵੀ ਕਿਸੇ ਨੇ ਇਹ ਕੰਮ ਨਹੀਂ ਕੀਤਾ ਜੋ ਇਸ
ਮਾਂ ਦੇ ਲਾਡਰ ਨੇ ਕੀਤਾ ਜੀ 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 ਔਰ ਸਿੱਧੂ ਦਾ ਠੀਕ ਹੈ ਉਹਨਾਂ ਨਾਲ ਹੀਰਾਨਾ ਕਿਸੇ ਖਿਡਾਰੀ ਨੇ ਪਰ ਮੈਂ ਪੰਜਾਬੀ ਚ ਆਪਾਂ ਕਹਿੰਦੇ ਲਾਂਤ ਮਿਲਦੇ ਹਾਂ ਸ਼੍ਰੋਮਣੀ ਕਮੇਟੀ ਦੂਜੇ ਇੰਨੀ ਜਸ ਕਰਕੇ ਉਹਦੇ ਤੇ ਵਿਚਾਰ ਕਰ ਰਹੇ ਜੱਫੀ ਪਾਈ ਜੱਫੀ ਪਾਉਣਾ ਤੋਂ ਗੁਣਾ ਹੈ ਤੁਹਾਨੂੰ ਲੱਗਦਾ ਕਿ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਵਿੱਚ ਆਉਣਾ ਚਾਹੀਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਵਿੱਚ ਆਉਣਾ ਚਾਹੀਦਾ ਉਹਨਾਂ ਨੂੰ ਵੀ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਮਰ ਜਾਣਾ ਚਾਹੀਦਾ ਵੀ ਇੱਕ ਬੰਦੇ ਨੇ ਇੰਨਾ ਵੱਡਾ ਕੰਮ ਕੀਤਾ ਜਿਹੜਾ ਤੁਸੀਂ ਸਾਰੀ ਜ਼ਿੰਦਗੀ ਨਹੀਂ ਕਰ ਸਕੇ ਔਰ ਜਿਹਦਾ ਜਿਹਦੇ ਜੀ ਪਾਸੇ ਰਿਹਾ ਕਦੀ ਤੁਸੀਂ ਸੋਚੇ ਨਹੀਂ ਕਿ ਪਾਕਿਸਤਾਨ ਔਰ ਹਿੰਦੁਸਤਾਨ ਦੇ ਗੁਰਦੁਆਰੇ ਸਾਂਝੇ ਨੇ ਉਹ ਇੱਕ ਹੋ ਜਾਣ ਰਸਤੇ ਜਿਹੜੀਆਂ ਪੋਲੀਟੀਸ਼ੀਅਨਾਂ ਨੇ ਉਹ ਸੈਪਰੇਟ ਨੇ ਪਰ ਇਸ ਬੰਦੇ ਨੇ ਸਿੱਧੂ ਨੇ ਜੋ ਕੰਮ ਕੀਤਾ ਨਾ ਵਾਹਿਗੁਰੂ ਦੀ ਲੰਮੀਆਂ ਉਮਰਾਂ ਕਰੇ ਇਮਰਾਨ ਖਾਨ ਦੀਆਂ ਵੀ ਕਹਿੰਦੀਆਂ ਵੀ ਇਹ ਹਿੰਦੂ ਆਪਣੇ ਜਿਹੜੇ ਹਿੰਦੁਸਤਾਨ ਦੇ ਹਿੰਦੂ ਨੇ ਨਾ ਵਿੱਚੇ ਮੋਦੀ ਲਾ ਲਓ ਸਾਰੇ ਲਾ ਲਓ ਕੋਈ ਵੀ ਨਹੀਂ ਕਹਿੰਦਾ ਕਿ ਇਹ ਕੰਮ ਹੋਵੇ ਜੋ ਇਹਨਾਂ ਨੇ ਕੀਤਾ ਜੀ ਜੀ ਔਰ ਜੋ ਇਹਨਾਂ ਨੇ ਕੀਤਾ ਨਾ ਰਹਿੰਦੀ ਦੁਨੀਆਂ ਤੱਕ ਲੋਕੀ ਯਾਦ ਕਰਨਗੇ ਬਾਬੇ ਨਾਨਕ ਦਾ ਨਾਨਕ ਹੈ ਹੀ ਸਾਂਝਾ ਜੀ ਜੀ ਉਹ ਕਿਸੇ ਇੱਕ ਦਾ ਸਿੱਖ ਦਾ ਜਾਂ ਹਿੰਦੂ ਦਾ ਮੁਸਲਮਾਨ ਦਾ ਨਹੀਂ ਪਰ ਇਮਰਾਨ ਖਾਨ ਨੇ ਦੇਖੋ ਕਿੰਨਾ ਵੱਡਾ ਦਲੇਰੀ ਕੀਤੀ ਕਿ ਮੈਂ ਰਸਤਾ ਖੋਲਣ ਵਾਸਤੇ ਤਿਆਰ ਜੀ 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 ਔਰ ਤੁਹਾਨੂੰ ਲੱਗਦਾ ਕਿ ਭਾਰਤ ਦੇ ਜਿਹੜੇ ਸਿਆਸਤਦਾਨ ਹਨ ਉਹਨਾਂ ਨੂੰ ਹੁਣ ਸਿਆਸਤ ਨਹੀਂ ਕਰਨੀ ਚਾਹੀਦੀ ਔਰ ਜਿਹੜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਉਹਨਾਂ ਨੂੰ ਵੀ ਹੁਣ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਭਾਜੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇੱਕ ਮੁਸਲਮਾਨ ਨੇ ਪਹਿਲ ਕੀਤੀ ਵੀ ਤੁਸੀਂ ਇੱਕ ਕਲਮ ਚੱਕੋ ਵੀ ਤੁਸੀਂ ਬਜਾਏ ਦੂਜਾ ਕਲਮ ਚੱਕਣ ਦੇ ਪੋਲੀਟੀਸ਼ੀਅਨ ਨੇ ਚੱਕਰਾ ਜਿੰਨੇ ਵੀ ਰਾਸ਼ਟਰਪਤੀ ਨੇ ਸਸਰਾ ਔਰ ਜਿਹੜੀ ਮਿਨਿਸਟਰ ਹੈ ਇਹ ਸਭ ਭਾਜੀ ਜੈਲਸੀ ਨੇ ਇਹ ਨਹੀਂ ਚਾਹੁੰਦੇ ਪਰ ਵਾਹਿਗੁਰੂ ਕਰੇ ਇਹਨਾਂ ਦੇ ਮੂੰਹ ਤੇ ਐਸੀ ਚਪੇੜ ਪਵੇ ਕਿ ਸਾਡੇ ਰਸਤੇ ਖੁੱਲ ਜਾਣ ਔਰ ਸਿੱਖ ਤੇ ਹਿੰਦੂ ਜਿਹੜੇ ਮੁਸਲਮਾਨ ਪਾਕਿਸਤਾਨ ਆਣ ਜਾਣ ਬਿਜ਼ਨਸ ਵਧੇ ਲੱਖਾਂ ਕਰੋੜਾਂ ਦਾ ਮੇਰਾ ਬਿਜ਼ਨਸ ਵੱਧ ਸਕਦਾ ਹੈ ਪਰ ਤੁਸੀਂ ਜਿਹੜੀ ਜੰਗਬਾਜ਼ੀ ਹੈ ਉਹਨੂੰ ਤੁਸੀਂ ਸੈਪਰੇਟ ਰੱਖੋ ਜਿਹੜਾ ਰਸਤਾ ਪਬਲਿਕ ਮਿਲਣਾ ਚਾਹੁੰਦੀ ਉਹਨੂੰ ਤਾਂ ਖੁੱਲ ਦਿਓ ਤੁਸੀਂ ਤੁਹਾਨੂੰ ਲੱਗਦਾ ਕਿ ਅਗਰ ਰਸਤਾ ਖੁੱਲਦਾ ਤਾਂ ਜਿਹੜਾ ਹੋਰ ਮਸਲਾ ਹੈਗਾ ਭਾਰਤ ਔਰ ਪਾਕਿਸਤਾਨ ਦੇ ਵਿੱਚ ਉਹਦਾ ਵੀ ਨਿਪਟਾਰਾ ਹੋ ਸਕਦਾ ਇੱਕ ਪੋਜ਼ਿਟਿਵ ਤਰੀਕੇ ਨਾਲ ਪਰ ਚੱਕਰ ਕੀ ਹੈ ਕਿ ਇਹਨਾਂ ਨੂੰ ਜਿੱਦਾਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਕਦਮ ਵਧੋ ਅਸੀਂ ਦੋ ਕਦਮ ਅੱਗੇ ਹੋਰ ਵਧਾਂਗੇ ਪਰ ਜੇ ਮਾਰੇ ਆਟੇ ਦਾ ਆਕੜੇ ਰਹਿਣ ਹਿੰਦੂ ਨਹੀਂ ਚਾਹੁੰਦੇ ਅੱਗੇ ਵਧਣਾ ਭਾਜੀ ਅੱਜ ਮੇਰੇ ਕੋਲ ਲਿਖਾ ਲਓ ਤੁਸੀਂ ਮੋਦੀ ਸਰਕਾਰ ਨਹੀਂ ਚਾਹੇਗੀ ਕਿ ਅਸੀਂ ਅੱਗੇ ਵਧੀਏ ਕਿਉਂਕਿ ਉਹਨਾਂ ਨੂੰ ਪਤਾ ਕਿ ਅਗਰ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਹੋ ਗਿਆ ਤੇ ਪੰਜਾਬ ਤੇ ਪਾਕਿਸਤਾਨ ਨਿਕਲ ਜਾਣਾ ਵੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਔਰ ਜਿੰਨੀ ਵੀ ਕੁਰਬਾਨੀ ਕੀਤੀ ਹੈ ਤਾਂ ਸਿੱਖਾਂ ਨੇ ਕੀਤੀ ਹੈ ਹਿੰਦੂ ਮੈਨੂੰ ਇੱਕ ਦੱਸ ਦੋ ਬਾਰਡਰ ਤੇ ਜਾ ਕੇ ਕਦੀ ਕੋਈ ਗੋਲੀ ਚਲਾ ਸਕਦਾ ਕਦੇ ਬਦਲਾ ਲੈ ਸਕਦਾ ਉਹ ਕੁਰਬਾਨੀ ਸਿੱਖਾਂ ਨੇ ਕੀਤੀ ਹੈ ਹਿੰਦੂਆਂ ਨੂੰ ਸਗੋਂ ਉਹਨਾਂ ਦਾ ਕੁਟਾਣ ਕੁਟਾਣ ਧੰਨਵਾਦ ਕਰਨਾ ਚਾਹੀਦਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰ ਮੈਂ ਤਾਂ ਚਾਹੁੰਦਾ ਕਿ ਹਰ ਬੰਦੇ ਨੂੰ ਇਹਦੇ ਵਿੱਚ ਹਾਮੀ ਭਰਨੀ ਚਾਹੀਦੀ ਹੈ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਸਿੱਧੂ ਦਾ ਧੰਨਵਾਦ ਕਰਨਾ ਚਾਹੀਦਾ ਵੀ ਸ਼ੁਕਰ ਹੈ ਸ਼ੇਰ ਦੇ ਪੁੱਤਰਾ ਤੂੰ ਇਹ ਕਦਮ ਚੁੱਕਿਆ ਅਸੀਂ ਪਿੱਛੇ ਰਹਿ ਗਏ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਅਤੇ ਮੈਂ ਉਹਨਾਂ ਵੀ ਕਾਲਰਸ ਨੂੰ ਦਰਖਾਸਤ ਕਰਾਂਗਾ ਜੋ ਕਿ ਸਾਡਾ ਇਹ ਸ਼ੋਅ ਇਸ ਟਾਈਮ ਵੇਖ ਰਹੇ ਹਨ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਪ੍ਰਤੀਕਰਮ ਮੈਨੂੰ ਭੇਜ ਸਕਦੇ ਹੋ ਔਰ ਤੁਸੀਂ ਆਪਣੇ ਦੱਸ ਵੀ ਸਕਦੇ ਹੋ ਔਰ ਆਪਣੇ ਵਿਚਾਰ ਵੀ ਮੈਨੂੰ ਦੇ ਸਕਦੇ ਹੋ ਲਾਈਵ ਕਾਲ ਕਰਕੇ ਔਰ ਤੁਸੀਂ ਮੈਨੂੰ ਲਿਖ ਵੀ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ ਮੈਂ ਵੇਖ ਪਾ ਰਿਹਾ ਕਿ ਇਸ ਟਾਈਮ ਕਿਊ ਦੇ ਉੱਤੇ ਵੀ ਕਾਲਾਂ ਹਨ ਮੈਂ ਕਿਊ ਦੇ ਵਿੱਚ ਪਾਈਆਂ ਹੋਈਆਂ ਤੁਸੀਂ ਆਪਣੇ ਫੋਨ ਕਾਲ ਨੂੰ ਨਾ ਕੱਟਿਓ ਲਵਾਂਗਾ ਤੁਹਾਡੀ ਫੋਨ ਕਾਲਸ ਵੀ ਇਸ ਬ੍ਰੇਕ ਤੋਂ ਸਪਾਰ